ਬਠਿੰਡਾ 'ਚ ਸੋਮਵਾਰ ਦੀ ਸ਼ਾਮ ਨੂੰ ਇੱਕ ਕੋਰੋਨਾ ਪੋਜ਼ਿਟਿਵ ਹਵਾਦਾਰੀ ਦੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੈ। ਜਾਣਕਾਰੀ ਅਨੁਸਾਰ ਰਾਜਵੀਰ ਸਿੰਘ ਉਰਫ ਪੱਪਾ ਵਾਸੀ ਜੈਤੋਹਾਲ ਆਵਾਦ ਗਿੱਦੜਵਾਹਾ ਦੇ GRP ਵੱਲੋਂ ਕੋਈ ਮਾਮਲਾ ਦਰਜ ਕੀਤਾ ਸੀ, ਜਿਸ ਕਰਕੇ ਉਹ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਬੰਦ ਸੀ ਅਤੇ ਉਸ ਦਾ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ। ਸਬ ਇੰਸਪੈਕਟਰ ਰਮਨਦੀਪ ਕੌਰ ਦਾ ਕਹਿਣਾ ਹੈ ਕਿ ਰਾਜਵੀਰ ਸਿੰਘ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ। ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਉਸ ਨੂੰ ਮਲੇਰਕੋਟਲਾ ਜੇਲ੍ਹ ਵਿੱਚ ਭੇਜਿਆ ਗਿਆ ਸੀ ਅਤੇ 9 ਤਰੀਕ ਤੋਂ ਦੁਬਾਰਾ ਉਸ ਨੂੰ ਬਠਿੰਡਾ ਵਿਖੇ ਭੇਜ ਦਿੱਤਾ ਸੀ। ਰੈੱਡ ਕ੍ਰਾਸ ਦੀ ਬਿਲਡਿੰਗ ਜਿੱਥੇ ਕੋਰੋਨਾ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ ਰੱਖਿਆ ਗਿਆ ਸੀ ਅਤੇ ਸੋਮਵਾਰ ਦੀ ਸ਼ਾਮ ਨੂੰ ਉਹ ਬਾਥਰੂਮ ਦਾ ਸ਼ੀਸ਼ਾ ਤੋੜ ਕੇ ਫਰਾਰ ਹੋ ਗਿਆ। ਰਾਜਵੀਰ ਸਿੰਘ ਦੇ ਥਾਣਾ ਕੋਤਵਾਲੀ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਰਾਜਵੀਰ ਕੌਰ ਨੇ ਕਿਹਾ ਇਹਦਾ ਨਾਮ ਹੈ ਜੀ ਰਾਜਵੀਰ ਸਿੰਘ ਉਰਫ ਪੱਪਾ, ਇਹ ਪੁੱਤਰ ਸੁਖਦੇਵ ਸਿੰਘ ਵਾਸੀ ਜੀਵਨ ਸਿੰਘ ਬਸਤੀ ਜੈਤੋ, ਹੁਣ ਇਹ ਰਹਿ ਰਿਹਾ ਸੀ ਗਿੱਦੜਵਾਹ ਦੇ ਮੱਲਣ ਕਲੋਨੀ ਦਾ ਰਹਿਣ ਵਾਲਾ ਸੀ। ਇਹ GRP ਦਾ ਮੁਕੱਦਮਾ ਨੰਬਰ ਹੈ ਜੀ 21/2020 ਦਾ 387/411 ਮੁਕੱਦਮਾ ਵਾ। ਇਹ ਆਪਣੇ ਜੇਲ੍ਹ ਬਠਿੰਡਾ ਦੇ ਵਿੱਚ ਬੰਦ ਸੀ ਅਤੇ ਕੋਰੋਨਾ ਪੋਜ਼ਿਟਿਵ ਆਇਆ ਸੀ, ਉਹਦੇ ਬਾਅਦ ਇਹਨੂੰ ਰੈਫਰ ਕੀਤਾ ਗਿਆ ਸੀ ਮਲੇਰਕੋਟਲਾ, ਉੱਥੇ ਕਿਉਂਕਿ ਇਹ ਪੋਜ਼ਿਟਿਵ ਸੀ ਉਹਨੂੰ ਵਾਪਸ ਕੀਤਾ ਗਿਆ ਸੀ ਅਤੇ 9 ਤਰੀਕ ਨੂੰ ਇਹ ਆਪਣੇ ਜਿਹੜੇ ਰੈੱਡ ਕ੍ਰੋਸ ਦੇ ਵਿੱਚ ਮਰੀਜ਼ ਰੱਖੇ ਜਾਂਦੇ ਨੇ ਜਿੱਥੇ ਕੋਰੋਨਾ ਪੋਜ਼ਿਟਿਵ ਪੇਸ਼ੈਂਟਸ, ਉਹਨਾਂ ਦੇ ਵਿੱਚ ਇਹ ਦਾਖਲ ਸੀਗਾ। ਇਹ ਅੱਜ ਸੁਬਾਹ ਗਾ ਜਿਹੜਾ ਲੇਡੀਜ਼ ਵਾਸ਼ਰੂਮ ਦੇ ਵਿੱਚੋਂ ਸ਼ੀਸ਼ਾ ਭੰਨ ਕੇ ਉੱਥੋਂ ਫਰਾਰ ਹੋਇਆ ਗਾ। ਇਹਦੇ ਉੱਤੇ ਅਸੀਂ ਮੁਕੱਦਮਾ ਦੇ ਰਹੇ ਹਾਂ ਜੀ ਇੰਚਾਰਜ ਦੇ ਬਿਆਨ ਲਿਖ ਕੇ 224 IPC ਦਾ। ਬਿਲਡਿੰਗ ਕਿਹੜੀ ਬਿਲਡਿੰਗ ਜਿੱਥੇ ਕੋਰੋਨਾ ਪੇਸ਼ੈਂਟਸ ਰੱਖਿਆ ਜਾਂਦਾ ਜੀ ਰੈੱਡ ਕ੍ਰੋਸ ਦੇ ਵਿੱਚ, ਰੈੱਡ ਕ੍ਰੋਸ ਦੀ ਬੈਕ ਸਾਈਡ ਜਿਹੜੀ ਬਿਲਡਿੰਗ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਸ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ TV ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ TV ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ TV ਦੇ ਨਾਲ।